अज विधानसभा चोणां दीआं वोटां पैणीआं हैगीआं ने तां असीं फिरोजपुर दे विच आ वख-वख थावां तों तुहानूं अज तस्वीरां दिखावांगे। तां 8 वजे पोलिंग जिहड़ी है शुरू होणी हैगी आ, मतदान पैणे हैगे आ। तां असीं फिरोजपुर दे फिरोजपुर शहर दे विच आ, तां तैयारियां दिखा देणा कि तैयारियां जिहड़ियां पूरियां हो चुकियां होईआं ने। तां बूथ जिहड़े ने उह लगणे शुरू हो चुके होए ने, अंदर जिहड़ियां तैयारियां ने उह हो चुकिया ने। तो कोविड के नियमों का काफ़ी जो ध्यान जोड़ा वो रख्या जाऊगा। सर्कल भी जोड़े वो बनाए गए है, तो इतने जड़िया वोटा पैनिया है 8 बजे जड़िया वोटा पैनिया है। पैरामिलिट्री फोर्स तो पंजाब पुलिस भी जी है वो लगाई गई हैगी है, तो तैयारियां जड़िया ने ਉਹ ਕੀਤੀਆਂ ਜਾ ਰਹੀਆਂ ਹੈਗੀਆਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੀਆਂ ਤਸਵੀਰਾਂ ਹੈਗੀਆਂ ਨੇ। ਤਾਂ ਇੱਥੇ ਜਿਹੜੀਆਂ ਵੋਟਾਂ ਪੈਣੀਆਂ ਹੈਗੀਆਂ, ਤਾਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ। 8 ਵਜੇ ਜਿਹੜੀਆਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਨੇ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਪੋਲਿੰਗ ਬੂਥ ਦੀਆਂ ਹੈਗੀਆਂ ਨੇ। ਤਾਂ ਪੋਲਿੰਗ ਬੂਥ ਦੇ ਉੱਪਰ ਅਸੀਂ ਮੌਜੂਦ ਹੈਗੇ ਹਾਂ ਜਿੱਥੇ ਵੋਟਾਂ ਪੈਣੀਆਂ। ਤਾਂ ਤਿਆਰੀ ਸ਼ੁਰੂ ਹੋ ਚੁੱਕੀ ਹੈ, ਤਾਂ ਲੋਕ ਵੀ ਆਉਣੇ ਸ਼ੁਰੂ ਹੋ ਰਹੇ ਨੇ। 8 ਵਜੇ ਜਿਹੜੀ ਹੈ ਵੋਟ ਪੈਣੀ ਸ਼ੁਰੂ ਹੋ ਜਾਏਗੀ। ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦੇ ਜਿਹੜੇ ਅੱਜ ਵੋਟਾਂ ਪੈਣੀਆਂ ਹੈਗੀਆਂ, ਤਾਂ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਵੱਧ ਚੜ੍ਹ ਕੇ ਜਿਹੜਾ ਹੈ ਵੋਟ ਜਿਹੜੀ ਆਪਣੀ ਪੋਲ ਕਰਨੀ ਚਾਹੀਦੀ ਹੈਗੀ ਹੈ। ਕੈਮਰਾ ਪਰਸਨ ਦੇਸ਼ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।